ਰਵਿੰਦਰਾ ਹਾਂ ਜੀ ਮੰਮੀ ਉਰੇ ਆ ਪੁੱਤ ਗੱਲ ਸੁਣ ਹਾਂ ਜੀ ਮੰਮੀ ਆ ਗਈ ਕਿਹੜੇ ਬਿਲਾਂ ਦਾ ਗਿਆਗਾ ਵੀ ਤੂੰ ਰੋਟੀ ਖਾ ਲਾ ਇਹ ਉਹ ਦੁਜਵਾਕ ਜਿਹਾ ਵਾਲਾ ਤਪਾਉਂਦਾ ਹਾਂ ਜੀ ਮੰਮੀ ਮੈਂ ਤੈਨੂੰ ਐ ਕਹਿੰਦੀ ਸੀ ਆਕਾਸ਼ ਨੂੰ ਫੋਨ ਕਰ ਲਾ ਦੁਪਹਿਰਾ ਆ ਗਿਆ ਪਰ ਚਾਹ ਟਾਈਮ ਵੀ ਹੋ ਗਿਆ ਤੇ ਉਹਨੇ ਰੋਟੀ ਵੀ ਨਹੀਂ ਖਾਧੀ ਹਜੇ ਮੰਮੀ ਮੈਨੂੰ ਐ ਕਹਿ ਕੇ ਗਈ ਸੀ ਮੈਂ ਯਾਰ ਦੋਸਤਾਂ ਕੋਲ ਚੱਲਿਆ ਮੈਨੂੰ ਫੋਨ ਨਾ ਕਰਿਓ ਪਿੱਛੇ ਲੈ ਫੋਨ ਨਾ ਕਰਿਓ ਫਿਰ ਫੋਨ ਕਰੇ ਬਿਨਾ ਤਾਂ ਭਾਈ ਉਹ ਆਉਂਦਾ ਨਹੀਂ ਉਹਦਾ ਰੋਜ਼ ਦਾ ਹੀ ਕੰਮ ਹੈਗਾ ਤੂੰ ਫੋਨ ਕਰ ਲੈ ਰੋਟੀ ਖਾ ਲੂਗਾ ਆ ਕੇ ਤੇ ਨਾਲੇ ਚਾਹ ਦੀ ਘੁੱਟ ਪੀ ਲੂ ਚਾਹ ਬਣਾ ਲਾ ਉਹਦੀ ਵੀ ਮੰਮੀ ਲੜਨਗੇ ਮੈਨੂੰ ਮੁੜ ਕੇ ਨਹੀਂ ਲੜਦਾ ਕੋਈ ਨਹੀਂ ਫਿਰ ਆਖੂਗਾ ਮੈਨੂੰ ਕਿਹਾ ਨਹੀਂ ਰੋਟੀ ਨੂੰ ਫਿਰ ਟਿੰਡਰ ਜੂਗਾ ਚਲ ਫਿਰ ਮੈਂ ਕਰ ਲੈਨੀ ਫੋਨ ਆਹੋ ਫੋਨ ਕਰ ਲਾ ਕੇਰਾ ਕਹਿ ਰੋਟੀ ਖਾ ਲਾ ਕੇ ਦੁਪਹਿਰਾ ਆ ਪਿਆ ਮੰਮੀ ਨੇ ਆਖਿਆ ਕਹਿ ਮੇਰਾ ਨਾਂ ਲੈ ਦੀ ਠੀਕ ਹੈ ਮੰਮੀ ਆਹੋ ਉਹ ਤਾਂ ਉੱਥੇ ਬੈਠਾ ਰਹੂਗਾ ਮਾਰੀ ਜਾਊਗਣ ਮੇਲੇ ਸਾਰਾ ਦਿਨ ਨਹੀਂ ਲਿਆ ਜਗਾ ਭੱਜਗਾ ਚੋਂ ਨਿਕਲਦਾਗਾ ਵੀ ਤੂੰ ਘਰੇ ਵੀ ਦੇਖ ਲਾ ਮਾੜਾ ਮੋਟਾ ਕੋਈ ਕਰ ਲਾ ਕੰਮ ਧੰਦਾ ਆਖੇ ਬਿਨਾ ਜਮਾ ਨਹੀਂ ਕੋਈ ਕੰਮ ਕਰਦਾ ਖਾਧਾ ਪੀਤਾ ਤੁਸੀਂ ਸਾਡੇ ਆਲੇ ਵਿਆਹ ਚ ਵੀ ਆ ਜਿੱਧਰ ਜਾਣਾ ਆਪਦੇ ਨਜ਼ਾਰੇ ਤਾਂ ਲੈਣੇ ਹੋ ਜਿਵੇਂ ਤੁਸੀਂ ਵਿਆਹ ਦੇ ਕਹਿੰਦੇ ਚਮ ਚਮ ਖਾ ਕੇ ਆਏ ਆ ਉਹੀ ਲੱਗਦਾ ਯਾਰ ਆ ਗਿਆ ਲੈ ਭਰਜਾਈ ਦਾ ਯਾਰ ਤੇਰੀ ਦਾ ਇੱਕ ਮਿੰਟ ਪਹਿਲਾਂ ਤਾਂ ਆਇਆ ਯਾਰ ਤੂੰ ਐਡੀ ਛੇਤੀ ਲੈਣ ਤੈਨੂੰ ਮਗਰ ਦੱਸ ਚਾਹੁੰਦਾਗਾ ਆਹੀ ਦਾ ਦੁੱਖ ਆ ਯਾਰ ਇੱਕ ਮਿੰਟ ਖੜ ਜਾ ਮੈਂ ਖੰਡ ਪਾਈ ਦਵਾਂ ਹੈਲੋ ਹਾਂਜੀ ਕਿੱਥੇ ਤੁਸੀਂ ਉਹ ਯਾਰ ਹੁਣ ਤਾਂ ਤੇਰੇ ਕੋਲੋਂ ਗਿਆ ਯਾਰ ਘਰੋਂ 5 ਮਿੰਟ ਹੋਏ ਨਹੀਂ ਗਏ ਨੂੰ ਮਗਰੇ ਫੋਨ ਲਾਤਾ ਕੋਈ ਯਾਰ ਬੰਦੇ ਕੋਲੇ ਬੈਠਾ ਵੀ ਉਹਨਾਂ ਕਿਸੇ ਕੋਲੇ ਕਮਾਲ ਆ ਤੁਸੀਂ ਦੇਖ ਲਿਆ ਕਰੋ ਖੜਾ ਬੈਠਿਆ ਤਾਂ ਬੰਦੇ ਨੂੰ ਮੰਮੀ ਨੇ ਕਿਹਾ ਸੀਗਾ ਫੋਨ ਲਾ ਕੇ ਪੁੱਛ ਲੈਂਦੇ ਕਿੱਥੇ ਆ ਜਾ ਕੇ ਰੋਟੀ ਖਾ ਲੈਂਦੇ ਤੁਸੀਂ ਯਾਰ ਕੀ ਕਿਹਾ ਸੀਗਾ ਮੰਮੀ ਨੇ ਯਾਰ ਮੈਂ ਠੇਕਾ ਲਿਆ ਯਾਰ ਇਹ ਹੁਣ ਤਾਂ ਗਿਆ ਕੋਈ ਨਹੀਂ ਮੈਂ ਆ ਕੇ ਗੱਲ ਕਰਦਾ ਮੰਮੀ ਨਾਲ ਹੋਰ ਕੀ ਆ ਮੈਨੂੰ ਫੋਨ 'ਚ ਨਾ ਲਾ ਯਾਰ ਬਾਲੇ ਮੈਂ ਆਪੇ ਆ ਜਾਊਂਗਾ ਕਰਾਉਣਾ ਕੀ ਹੈ ਮੈਥੋਂ ਐਂ ਲੁਟਾਉਂਦੀ ਯਾਰ ਬਲ ਮੇਰੀ ਗੱਲ ਸੁਣ ਲਾ ਮੈਂ ਤੈਨੂੰ ਆਹੀ ਕਹਿਣਾ ਵਿਆਹ ਨਾ ਕਰਾ ਮਗਰੇ ਫੋਨ ਆਈ ਜਾਂਦੇ ਆ ਮਗਰੇ ਇੰਨਾ ਯਾਰ ਤੀਵੀਂ ਦੇ ਥੱਲੇ ਲੱਗਣਾ ਕੋਈ ਇਹ ਜੂਨ ਨਹੀਂ ਤੇਰੀ ਬੰਦਿਆਂ ਵਾਲੀ ਲਾਡੀ ਉਹੀ ਤਾਂ ਗੱਲ ਆ ਲਾ ਦੇਖ ਲਾ 10 ਮਿੰਟ ਨਹੀਂ ਹੁਣ ਭਾਵੇਂ ਤਾਂ ਬੰਦੇ ਨੇ ਬੰਦਿਆਂ 'ਚ ਵੀ ਬੈਠਣਾ ਹੁੰਦਾ ਸਾਰਾ ਦਿਨ ਬੁੜੀਆਂ 'ਚ ਬਹਿ ਕੇ ਕਿਵੇਂ ਟਾਈਮ ਪਾਸ ਹੋਈ ਯਾਰ ਕਮਾਲ ਹੋਈ ਪਈ ਯਾਰ ਕਿ ਰੋਟੀ ਖਾ ਲਾ ਕੇ ਵੀ ਰੋਟੀ ਨੂੰ ਹਜੇ ਮੈਂ ਨਿਆਣਾਗਾ ਯਾਰ ਦੇਖ ਲਾ ਜਾਣ ਕੇ ਸੂਹਾ ਲੈਂਦੀ ਆ ਵੀ ਕਿੱਥੇ ਆਉਂਦਾ ਕਿੱਥੇ ਜਾਂਦਾ ਯਾਰ ਜਾਣ ਨੂੰ ਗਲਤ ਤੁਰਿਆ ਫਿਰਦਾ ਅੱਜ ਤੱਕ ਨਹੀਂ ਜਦੋਂ ਆਪਾਂ ਡੋਲਿਆ ਕੁਛ ਯਾਰ ਕੋਈ ਐ ਨਹੀਂ ਗੱਲ ਹੁੰਦੀ ਫਿਰ ਵੀ ਉਹਨੂੰ ਆਏ ਆ ਵੀ ਕਿਤੇ ਗਲਤ ਨਸ਼ੇ ਪੱਤੇ ਵਾਲਾ ਨਾ ਕਿਤੇ ਬੈਂਦਾ ਹੋਊ ਵੀ ਉਹ ਪਤਾ ਤਾਂ ਕਰਾਂ ਕਿੱਥੇ ਜਾਂਦਾ ਉਹ ਯਾਰ ਨਹੀਂ ਗਿਣਦੀ ਤੈਨੂੰ ਮੇਰੀ ਗੱਲ ਸੁਣ ਲਓ ਬੰਦੇ ਬੁੰਦੇ ਵਾਲੀ ਤਾਂ ਗੱਲ ਕਿੱਥੇ ਆਏ ਇਹਦਾ ਮੈਂ ਸੁਧਾਰ ਲੂ ਇੱਕ ਮਿੰਟ 'ਚ ਸੁਭਾਅ ਦਾ ਨਾਲੇ ਪਤਾ ਹੀ ਉਹਨੂੰ ਮੇਰੇ ਦਾ ਕੀ ਪਤਾ ਹੁਣ ਸੁਭਾਅ ਦਾ ਫਿਰ ਫੋਨ ਨਹੀਂ ਚਾਹੁੰਦਾ ਇਸ ਤਰ੍ਹਾਂ ਸੁਭਾਅ ਦੇਖਿਆ ਹੁੰਦਾ ਨੇ ਫਿਰ ਐਂ ਕਰੋ ਮਗਰ ਹੀ ਆ ਗਿਆ ਅੱਜ ਤੋਂ ਬਾਅਦ ਨਹੀਂ ਫੋਨ ਆਉਂਦਾ ਅੱਡਾ ਦੇਖੀ ਲੋਟ ਮੈਂ ਜਾ ਕੇ ਲੱਗ ਜੇ ਪਤਾ ਹੁਣ ਫਿਰ ਭਾਵੇਂ ਵੀ ਹੈ ਤੇਰਾ ਫਿਰ ਜਾਂ ਤੂੰ ਨਹੀਂ ਜਾਓ ਨਹੀਂ ਆਂਡਿਆਂ ਵਾਲੀ ਹੋ ਜਾਏ ਜਾਂ ਭਾਂਡਿਆਂ ਵਾਲੀ ਇੱਕ ਕੰਮ ਹੋ ਜਾਏ ਮੈਨੂੰ ਤਾਂ ਲੱਗਦਾ ਨਹੀਂ ਕਰੂ ਯਾਰ ਕਰਤਾ ਪੁੱਤ ਫੋਨ ਹਾਂਜੀ ਮੰਮੀ ਕਰਤਾ ਸੀਗਾ ਫੋਨ ਤਾਂ ਕੀ ਇਹਦਾ ਕਹਿੰਦੇ ਨਾ ਮੈਂ ਕੰਮ 'ਚ ਸੀਗਾ ਵੀ ਮੈਂ ਆਪੇ ਆ ਜਾਊਂਗਾ ਤੁਸੀਂ ਫੋਨ ਨਾ ਕਰਿਆ ਕਰੋ ਜਦੋਂ ਮੈਂ ਕੰਮ 'ਚ ਹੁੰਦਾ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਆ ਜਾਊਂਗਾ ਕੁਛ ਬੋਲਿਆ ਤਾਂ ਨਹੀਂ ਨਾ ਨਾ ਮੰਮੀ ਕੁਛ ਨਹੀਂ ਬੋਲੇ ਹੈਗੇ ਚੱਲ ਕੋਈ ਨਹੀਂ ਪੁੱਤ ਆ ਜਾਊ ਫਿਰ ਤੇ ਤੂੰ ਆਪਣੇ ਜੋਗਰੀ ਬਣਾ ਲਾ ਫਿਰ ਚਾਹ ਹਾਂਜੀ ਮੰਮੀ ਬਣਾ ਲਈ ਆਹੋ ਚੱਲ ਆ ਜਾਊ ਫਿਰ ਜਦੋਂ ਫੋਨ ਕਰ ਹੀ ਦਿੱਤਾ ਹੁਣ ਵਧੀਆ ਪੌਣੇ ਜੇ ਬਣ ਗਏ ਐਵੇਂ ਸਿੱਟਿਆ ਪਿਆ ਸੀ ਕੱਪੜਾ ਖੱਲਾ ਖੂੰਜਿਆ 'ਚ ਧੋਸ ਮਾਰ ਕੇ ਕਿੱਡੇ ਸੋਹਣੇ ਨਿਖਰੇ ਆਈ ਲੈ ਆ ਗਿਆ ਪੁੱਤ ਆਹੋ ਆ ਗਿਆ ਮੈਂ ਮੇਰੀ ਗੱਲ ਸੁਣ ਤੈਨੂੰ ਤਾਂ ਮੇਰਾ ਪਤਾ ਹੀ ਹੈ ਮੈਂ ਕਿਵੇਂ ਕਿੱਥੇ ਜਾਣਾ ਕਿੱਥੇ ਨਹੀਂ ਜਾਂਦਾ ਉਹ ਤਾਂ ਚੱਲ ਨਵੀਂ ਆਈ ਹੈ ਮਾੜਾ ਮੋਟਾ ਨੂੰ ਸਮਝਾ ਦਿਆ ਕਰ ਜਦੋਂ ਘਰੋਂ ਵਗ ਜਾਣਾ ਮਗਰ ਫੋਨ ਲਾ ਦਿੰਦੀ ਹੈ ਮਗਰ ਫੋਨ ਲਾ ਦਿੰਦੀ ਹੈ ਤੂੰ ਤਾਂ ਉਹਨੂੰ ਸਮਝਾ ਸਕਦੀ ਹੈ ਬੇ ਮੈਂ ਹੀ ਆਖਿਆ ਸੀ ਭਾਈ ਉਹਨੂੰ ਚਾਹ ਬਣਾਉਂਦੀ ਸੀ ਮੈਂ ਆਖਿਆ ਚੱਲ ਫੋਨ ਕਰ ਲਾ ਰੋਟੀ ਨਹੀਂ ਖਾਧੀ ਸਵੇਰ ਦਾ ਗਿਆ ਵਿਆ ਤਾਂ ਤੈਨੂੰ ਫੋਨ ਲਾ ਲਿਆ ਤੁਹਾਨੂੰ ਐਂ ਤਾਂ ਪਤਾ ਨਹੀਂ ਉਹ ਕਿੱਥੇ ਬੈਠਾ ਕਿੱਥੇ ਨਹੀਂ ਐਂ ਤਾਂ ਬੰਦੇ ਦੀ ਪੜਤ ਮਾਰ ਦਿਓ ਨਾ ਫੇਰ ਕੀ ਹੋਗਾ ਜੇ ਫੋਨ ਕਰਤਾ ਉਹ 100-100 ਬੋਲਦੇ ਆ ਉੱਥੇ ਵੀ ਹਜੇ ਹੁਣ ਤਾਂ ਤੂੰ ਘਰੋਂ ਆਇਆ ਮਗਰ ਉਹ ਤੈਨੂੰ ਫੋਨ ਆ ਗਿਆ ਕੀ ਗੱਲ ਬਈ ਆਹੋ ਜਿਹੜੇ ਤੈਨੂੰ 100-100 ਬੋਲਦੇ ਉਹਨਾਂ ਦੇ ਭਾਵੇਂ 76 ਪੈਂਦੇ ਹੋਣ ਘਰੇ ਚੱਕਾਂ ਦੇਣ ਨੂੰ ਹੀ ਆ ਤੇਰੇ ਨਾਲ ਦੇ ਹੈਗੇ ਚੱਕਵੇਂ ਨਾ ਫਿਰ ਕੀ ਕਰਾਉਣਾ ਸੀ ਰੋਟੀ ਮੈਂ ਆਪੇ ਖਾ ਲੈਂਦਾ ਹੁਣ ਮੈਂ ਵੱਡਾ ਹੋ ਗਿਆ ਵਿਆਹ ਤੁਸੀਂ ਮੇਰਾ ਕਰਤਾ ਮੈਨੂੰ ਆਪਦਾ ਸਾਹਮਣਾ ਸੰਭਾਲਣਾ ਆਉਂਦਾ ਕੁਛ ਮਰਜ਼ੀ ਕਰਾਂ ਮੈਂ ਕਿੱਥੇ ਮਰਜ਼ੀ ਨਾ ਜੇ ਤੈਨੂੰ ਭਾਈ ਰੋਟੀ ਨੂੰ ਕਹਿਤਾ ਤਾਂ ਮਾੜਾ ਕੰਮ ਕਰਤਾ ਫਿਰ
ਰੋਟੀ ਖਾ ਲੈਂਦਾ ਮਾਂ ਮੈਂ ਕੰਮ 'ਚ ਸੀਗਾ ਤੁਸੀਂ ਸਮਝਿਆ ਕਰੋ ਚੱਲ ਚੰਗਾ ਕਰ ਲੈ ਜਿਹੜਾ ਕਰਨਾ ਤੂੰ ਤਾਂ ਹੀ ਕਰਦਾ ਸਮਝਾਉਣਾ ਤਾਂ ਕੀ ਆ ਬਸ ਉਹਨੂੰ ਮਗਰ ਫੋਨ ਲਾਉਣਾ ਗਿਆਤਾ ਜਦੋਂ ਕਿਤੇ ਜਾਵਾਂ ਨਾਲ ਦੀ ਨਾਲ ਫੋਨ ਲਾ ਲੈਂਦੀ ਆ ਮਗਰ ਉਹ ਜਦ ਨਾਲ ਦੀ ਨਾਲ ਲਾ ਲੈਂਦੀ ਤੂੰ ਤਾਂ ਭੱਖਿਆ ਭਖਾਈ ਜਾਣਾ ਤੇ ਭੱਖਿਆ ਭਖਾਈ ਆਉਣਾ ਤੂੰ ਤਾਂ ਕਿਸੇ ਵੇਲੇ ਠੰਡਾ ਨਹੀਂ ਹੁੰਦਾ ਪਤਾ ਨਹੀਂ ਕਿਹੋ ਜਿਹੇ ਸੁਭਾਅ ਦਾ ਬੰਦਾ ਹੈ ਤੂੰ ਚੱਲ ਚੰਗਾ ਫਿਰ ਹੁਣ ਮਾਰ ਦੇ ਬਾਅਦ ਖਵਾ ਦੂ ਜਿਹੜੀਆਂ ਰੋਟੀਆਂ ਖਵਾਉਣੀਆਂ ਉਹਨੇ ਮਨਿੰਦਰ ਲਿਆ ਪੁੱਤ ਰੋਟੀ ਲਿਆ ਦੇ ਖਵਾਊਗੀ ਰੋਟੀਆਂ ਮਾੜਾ ਮੋਟਾ ਸਿੱਧਾ ਬੋਲੀ ਦਾ ਹੁੰਦਾ ਸਾਰਾ ਦਿਨ ਨਹੀਂ ਪੁੱਠੇ ਚੱਲਦੇ ਹੁੰਦੇ ਆਹੋ ਆ ਗਿਆ ਤੈਨੂੰ ਕੁਛ ਬਣਾਉਣਾ ਕਰਨਾ ਆਉਂਦਾ ਕਿ ਨਹੀਂ ਆਉਂਦਾ ਤੂੰ ਮੈਨੂੰ ਦੱਸ ਦੇ ਯਾਰ ਨਹੀਂ ਮੰਮੀ ਤਾਂ ਬਹੁਤ ਸਵਾਦ ਲੱਗੀ ਸੀ ਲੱਗੀ ਸੀ ਸਵਾਦ ਪਾਣੀ ਲਿਆ ਕੇ ਗਾਲ ਦੇ ਮਿਰਚਾਂ ਕਿੰਨੀਆਂ ਪਾਈਆਂ ਵੀ ਇਹ ਚ ਲਿਆ ਦਿੰਦੀ ਤੜਕੇ ਦੀ ਫੋਨ ਕਰਨ ਤਾਂ ਐ ਲੱਗੀ ਪਈ ਆ ਪਤਾ ਨਹੀਂ ਕੀ ਬਣਾਇਆ ਹੁੰਦਾ ਮੇਰੇ ਵਾਸਤੇ ਉਹ ਲਿਆ ਪਾਣੀ ਐ ਗੱਲ ਸੁਣ ਲਾ ਮੇਰੀ ਰੋਟੀ ਮੈਂ ਬਾਹਰੋਂ ਖਾ ਕੇ ਆਊਂਗਾ ਤੇ ਮੈਨੂੰ ਫੋਨ ਜੇ ਕਰੀ ਗਈ ਨਾ ਹੁਣ ਤਾਂ ਹਿਸਾਬ ਲਾ ਲਈ ਆਪਦਾ ਬਣਦਾ ਕੀ ਹੈ ਤੇਰਾ ਚੰਗੀ ਪਹਿਲ ਤਾਂ ਰੋਟੀ ਸੀ ਮੈਂ ਤੇ ਬੇਬੇ ਨੇ ਤਾਂ ਇਹੀ ਖਾਧੀ ਆ ਤੁਸੀਂ ਤਾਂ ਹੀ ਗੁੱਸਾ ਕਰ ਦਿੰਦੇ ਹੋ ਓ ਨਾ ਫਿਰ ਮੈਂ ਪਾਗਲ ਆ ਐਵੇਂ ਤੁਸੀਂ ਮੈਨੂੰ ਪਾਗਲ ਬਣਾ ਛੱਡਿਆ ਜੇ ਮਿਰਚਾਂ ਸੀਗੀਆਂ ਮੈਂ ਤਾਂ ਹੀ ਕਿਹਾਗਾ ਚਲੋ ਕੋਈ ਨਹੀਂ ਮੈਂ ਹੋਰ ਬਣਾ ਦਿੰਦੀ ਸਰ ਪਰ ਲੋੜ ਨਹੀਂ ਮੈਨੂੰ ਤੈਨੂੰ ਮੈਂ ਦੱਸਤਾ ਨਾ ਮੈਂ ਚੱਲਿਆਂਗਾ ਬਾਹਰੋਂ ਖਾ ਕੇ ਆਊਂਗਾ ਫੋਨ ਜੇ ਨਾ ਲਾਈ ਮੈਨੂੰ ਬਸ ਪਤਾ ਨਹੀਂ ਐਂ ਕਾਹਤੋਂ ਕਰਦੇ ਨੇ ਬਾਹਰ ਰੁੱਖਾ ਬੋਲਦੇ ਆ ਜੇ ਬੁਲਾਉਣੀ ਆ ਤਾਂ ਵੀ ਭੱਜ ਕੇ ਪੈ ਜਾਂਦੇ ਆ ਚੰਗੀ ਭਲੀ ਤਾਂ ਰੋਟੀ ਸੀਗੀ ਬਸ ਉਹ ਵੀ ਪਤਾ ਨਹੀਂ ਕਿਉਂ ਬੜੀ ਗਰਮੀ ਆ ਥੱਕ ਗਿਆ ਇਸ ਤਰ੍ਹਾਂ ਮਨਿੰਦਰ ਉਹ ਕਿੱਥੇ ਆ ਮਨਿੰਦਰ ਪਾਣੀ ਲੈ ਕੇ ਆ ਹਾਂਜੀ ਹਾਂਜੀ ਆਉਣੀ ਆ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਦੋਂ ਬੰਦਾ ਘਰ ਆਉਂਦਾ ਕਦੋਂ ਜਾਂਦਾ ਹੁਣ ਹੀ ਬਸ ਠੇਡ ਜੇ ਮਾਰੀ ਜਾਣਗੀਆਂ ਲਿਆ ਕੀ ਗੱਲ ਦਿਖਦਾ ਨਹੀਂ ਤੈਨੂੰ ਅੰਨੀ ਹੋਈ ਫਿਰਦੀ ਆ ਕੋਈ ਕੰਮ 'ਚ ਨਿਸ਼ਾ ਹੈ ਹੀ ਹੈ ਕਿ ਨਹੀਂ ਲਿਆ ਕੇ ਮੱਥੇ ਮਾਰਿਆ ਪਾਣੀ ਮੈਂ ਤੁਹਾਨੂੰ ਪਾਣੀ ਫੜਾਉਂਦੀ ਸੀ ਤੁਹਾਡਾ ਆਪਦੇ ਹੱਥ ਵੱਜਿਆ ਮੇਰੀ ਕੀ ਗਲਤੀ ਇਹਦੇ 'ਚ ਅੱਛਾ ਹੁਣ ਇਹਦੇ 'ਚ ਵੀ ਮੇਰੀ ਗਲਤੀ ਆ ਪਾਣੀ ਮੈਂ ਆਪਦੇ ਉੱਤੇ ਆਪ ਡੋਲ ਲਿਆ ਤੁਹਾਨੂੰ ਨਾ ਕਹੋ ਤੁਸੀਂ ਨਾ ਕਰ ਲਿਆ ਕੋਈ ਕੰਮ ਸਿੱਧਾ ਨਾ ਤੇਰੀ ਮਾਂ ਨੇ ਤੈਨੂੰ ਇਹ ਸਿਖਾ ਕੇ ਭੇਜਿਆ ਉਹ ਕੋਈ ਇੱਕ ਅੱਧਾ ਕੰਮ ਤਾਂ ਕਰ ਲਿਆ ਕਰ ਰੋਟੀ ਤੈਨੂੰ ਨਹੀਂ ਬਣਾਉਣੀ ਆਉਂਦੀ ਸਬਜ਼ੀ ਤੈਨੂੰ ਨਹੀਂ ਬਣਾਉਣੀ ਆਉਂਦੀ ਕੋਈ ਕੰਮ ਕਹਿੰਦੇ ਤੈਨੂੰ ਉਹ ਨਹੀਂ ਕਰਨਾ ਆਉਂਦਾ ਨਾ ਪਾਣੀ ਲੈ ਕੇ ਆਈ ਆ ਆਹ ਸਿੱਧਾ ਗਲਾਸ ਲਈ ਕੋਈ ਟਰੇ 'ਚ ਲਿਆਉਂਦੀ ਪਾਣੀ ਘਰੇ ਕਾਹਦੀ ਟਰੇ ਦੀ ਲੋੜ ਹੁੰਦੀ ਕੋਈ ਰਿਸ਼ਤੇਦਾਰ ਆਵੇ ਫਿਰ ਤਾਂ ਟਰੇ 'ਚ ਪਾਣੀ ਫੜਾਈ ਦੇ ਉਹ ਤੂੰ ਐਵੇਂ ਨਾ ਮੇਰੇ ਅੱਗੇ ਬੜੀ ਸਿਆਣੀ ਜੀ ਬਣਿਆ ਕਰ ਮੈਂ ਤੈਨੂੰ ਦੱਸਦਾ ਤੈਨੂੰ ਧੇਲੇ ਦੀ ਤਾਂ ਅਕਲ ਨਹੀਂ ਹੈਗੀ ਬੰਦੇ ਨਾਲ ਕਿਵੇਂ ਗੱਲ ਕਰਨੀ ਆ ਕਿਵੇਂ ਨਹੀਂ ਗੱਲ ਕਰਨੀ ਮਾਰਦੀ ਆ ਗੱਲਾਂ ਇੱਥੇ ਮੈਨੂੰ ਸ਼ਾਂਤੀ ਨਾਲ ਕਰ ਲਿਆ ਕਰ ਮਾੜੀ ਮੋਟੀ ਸ਼ਾਂਤੀ ਨਾਲ ਗੱਲ ਕਰ ਲਾ ਬਾਹਰੋਂ ਆਇਆ ਸੀ ਗਰਮੀ ਦੇ ਵਿੱਚ ਪਾਣੀ ਮੰਗਿਆ ਸੀ ਗਲਿਆ ਸੀ ਹੋਰ ਤਾਂ ਕੁਛ ਕਿਹਾ ਨੀ ਪਾਣੀ ਲੈ ਕੇ ਉੱਤੇ ਡੋਲਤਾ ਮੇਰੇ ਗੱਲ ਸੁਣ ਤੂੰ ਜਦੋਂ ਸਾਰਾ ਦਿਨ ਐਂ ਰੁੱਖਾ ਬੋਲੀ ਆ ਨਾ ਉਹ ਡਰਦੀ ਆ ਜਵਾਕੜੀ ਉਹ ਡਰਦੀ ਦਾ ਹੱਥ ਕੰਮ ਹੈਗਾ ਤੇਰੇ ਉੱਤੇ ਪਾਣੀ ਡੋਲਤਾ ਫਿਰ ਕਿੱਡੀ ਕੁ ਗੱਲ ਹੈ ਪਾਣੀ ਡੁੱਲ ਗਿਆ ਤੂੰ ਐਵੇਂ ਆਉਂਦੀਆਂ ਗੱਲਾਂ ਤੇ ਪੜਦੇ ਪਾਈ ਜਾਇਆ ਕਰ ਉਹ ਜਿਹੜੀ ਗਲਤੀ ਉਹਨੂੰ ਉਹ ਤਾਂ ਗਲਤੀ ਦਾ ਅਹਿਸਾਸ ਕਰਾਵੇ ਬੰਦਾ ਉਹ ਦੱਸ ਕੀ ਕਰੇ ਹੌਲੀ ਹੌਲੀ ਉਹਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਹਜੇ ਨਵੀਂ ਨਵੀਂ ਆਈ ਹੈ ਨਹੀਂ ਆਪਣੇ ਘਰ ਦਾ ਹਿਸਾਬ ਉਹਨੂੰ ਉੱਤੋਂ ਤੂੰ ਉਧੜ ਉਧੜ ਪੈਂਦਾ ਕਿੱਥੇ ਤਾਂ ਆਪਾਂ ਪਿਆਰ ਨਾਲ ਸਮਝਾਈਏ ਉਹਨੂੰ ਪਿਆਰ ਨਾਲ ਦੱਸੇ ਵੀ ਭਾਈ ਆਹ ਕੰਮ ਆਏ ਆ ਕਿੱਥੋਂ ਹੁਣ ਤੂੰ ਐਂ ਬੋਲਦਾ ਉਹ ਜਿਹੜਾ ਯਾਦ ਹੁੰਦਾ ਉਹ ਵੀ ਭੁੱਲ ਜਾਂਦੀ ਹੈ ਉਹ ਬੇਬੇ ਯਾਦ ਕਰਾਉਣ ਨੂੰ ਕਿਹੜਾ ਇਹ ਪੜ੍ਹਾਈ ਨਾਲ ਤੂੰ ਮੇਰੀ ਗੱਲ ਸੁਣ ਲੈ ਐਵੇਂ ਉਹਦੀ ਸੈਰ ਜੀ ਨਾਲ ਲਿਆ ਕਰ ਠੀਕ ਹੈ ਇਹਦੇ ਘਰਦਿਆਂ ਨੇ ਕੁਛ ਸਿਖਾ ਕੇ ਨਹੀਂ ਭੇਜਿਆ ਉਹਨੂੰ ਉਹ ਤਾਂ ਕਹਿੰਦੇ ਸੀ ਕੋਈ ਆਏ ਆ ਸਾਡੀ ਕੁੜੀ ਬਾਹਲੀ ਸਿਆਣੀ ਆ ਇਹ ਆ ਉਹ ਆ ਵਿਚੋਲਣ ਦਾ ਭੱਠਾ ਬਹਿ ਗਿਆ ਜਿਹਨੇ ਕੰਮ ਕਰਾਇਆ ਇਹ ਮੈਂ ਸਿਖਾਇਆ ਤਾਂ ਤੈਨੂੰ ਵੀ ਮੈਂ ਬਥੇਰਾ ਕੁਛ ਆ ਆ ਜਿਹੜੇ ਹਿਸਾਬ ਨਾਲ ਤੂੰ ਬੋਲਦਾ ਇਹ ਸਿਖਾਇਆ ਹੂੰ ਮੈਂ ਲੱਗਦਾ ਮੈਂ ਤੈਨੂੰ ਬੋਲਣ ਹਨਾ ਵੀ ਐਂ ਬੋਲੀ ਦਾ ਹੁੰਦਾ ਤੈਨੂੰ ਤਾਂ ਮੈਂ ਹੀ ਮਾੜਾ ਲੱਗਦਾ ਉਹ ਪਤਾ ਨਹੀਂ ਕਾਹਤੋਂ ਚੰਗੀ ਲੱਗ ਜਿਹੜੀਆਂ ਤੂੰ ਉਹਦੀਆਂ ਸਾਈਡਾਂ ਜੀਆਂ ਲੈਣੀ ਆ ਨਾ ਉਹ ਇੱਕ ਦਿਨ ਚਾਂਬਲ ਜੂਗੀ ਹਰੇਕ ਗਲਤੀ ਤੇ ਫਿਰ ਤੂੰ ਉਹਨੂੰ ਪਰਦਾ ਪਾ ਲਿਆ ਕਰੇਂਗੀ ਉਹਤੇ ਨਾ ਕੀ ਚਾਂਬਲ ਜੂ ਸਮਾਂ ਹੁਣ ਚਾਂਬਲੂ ਜਦੋਂ ਤੂੰ ਹਾਂ ਸਾਰਾ ਦਿਨ ਕਰੀ ਜਾਏਗਾ ਫਿਰ ਤੇਰੀ ਗੱਲ ਨਹੀਂ ਗੋਲਣੀ ਉਹਨੇ ਉਹਨੂੰ ਪਤਾ ਲੱਗ ਜੂ ਇਹ ਤਾਂ ਸਵਾਈ ਇਹ ਜਾਂ ਤੇ ਬੋਲਦਾ ਤੇ ਬੋਲ ਕੇ ਬਹਿ ਜਾਂਦਾ
ਗਲਤਾ ਕਿਉਂ ਨਹੀਂ ਗੋਲਣੀ? ਗਲਤਾ ਗੋਲਣ ਲਾ ਦੂੰਗਾ ਮੈਂ 1 ਮਿੰਟ ਦੇ ਵਿੱਚ, ਫਿਰ ਤੈਨੂੰ ਪਤਾ ਹੀ ਹੈ ਮੇਰੇ ਸੁਭਾਅ। ਆਹੋ ਸੁਭਾਅ ਦਾ ਪਤਾ, ਫਿਰ ਜਲੂਸ ਕੱਢ ਕੇ ਦਿਖਾ ਦੇ ਲੋਕਾਂ ਨੂੰ। ਉਹ ਲੋਕਾਂ ਦੇ ਕਮਾਰੇ ਫਿਰਦੇ ਆ ਕੰਜਰਾ, ਤੇਰਾ ਘਰ ਵੱਜ ਗਿਆ, ਆਪਦਾ ਬਸਾਲਾ ਨਾ ਲੱਗ ਲੋਕਾਂ ਦੇ ਮਗਰ ਤੂੰ। ਓਏ ਲੋਕਾਂ ਮਗਰ ਮੈਂ ਕੀ ਲੱਗਦਾ? ਮਾਂ ਮੇਰੀ ਗੱਲ ਸੁਣ, ਹੁਣ ਜੇ ਮੈਂ 4 ਬੰਦਿਆਂ 'ਚ ਜਾ ਕੇ ਬਹਿ ਜਾਣਾ ਮਗਰ ਇਹ ਫੋਨ ਕਰਨ ਨਹੀਂ ਹਟਦੀ, 1 ਮਿੰਟ ਇਹਦੀ ਅੱਖਾਂ ਤੋਂ ਦੂਰ ਹੋ ਜਾ ਮਗਰ ਇਹ ਫੋਨ ਲਾ ਲੈ ਨਾ, ਇਹਦਾ ਹੱਕ ਹੀ ਬਣਦਾ ਮੈਨੂੰ ਫੋਨ ਆਉਂਦਾ। ਮੇਰੀ ਗੱਲ ਸੁਣ, ਫੋਨ ਤਾਂ ਮੈਂ ਕਹਿ ਕੇ ਕਰਾਇਆ, 1 ਫੋਨ ਤੈਨੂੰ ਕਰਿਆ ਉਹਦਾ ਹੀ ਤੂੰ ਦਲਗਾ ਦਲੀ ਜਾਣਾ, ਫਿਰ ਕਿੱਡੀ ਕੀ ਗੱਲ ਆ ਜੇ ਫੋਨ ਕਰਤਾ, ਤੂੰ ਵੀ ਫਿਰ ਬਾਲਾ ਚਾਂਬਲ ਦਾ। ਨਾ ਤੁਹਾਨੂੰ ਪਤਾ ਹੀ ਨਹੀਂ ਗੱਲ ਦਾ, ਉਹਨਾਂ ਨੇ ਮੈਨੂੰ ਕੀ ਕੀ ਗੱਲਾਂ ਕਹੀਆਂ ਜਿਨ੍ਹਾਂ ਦੇ ਮੈਂ ਕੋਲੇ ਬੈਠਾ ਸੀਗਾ। ਅੱਛਾ ਉਹਨਾਂ ਦੀਆਂ ਤਾਂ ਸੁਣ ਲਈਆਂ ਤੇ ਸਾਡੀਆਂ ਤੂੰ ਸੁਣਦਾ ਨਹੀਂ, ਕੀ ਗੱਲ? ਘਰ ਦੇ ਤੈਨੂੰ ਦਿੰਦੇ ਨਹੀਂ, ਲੋਕ ਤੈਨੂੰ ਵਾਲੇ ਦਿੰਦੇ ਹੈਗੇ। ਓ ਬੇਬੇ ਐਵੇਂ ਨਾ, ਤੁਸੀਂ ਸਾਈਡ ਲਈ ਜਾ, ਠੀਕ ਆ? ਮੈਂ ਤੁਹਾਨੂੰ ਦੱਸਤਾ ਜੇ ਉਹ ਐਂ ਕਰਦੀ ਰਹੀ ਨਾ ਕੰਮ ਜੇ ਐਂ ਗਲਤ, ਦਾਲ ਸਬਜ਼ੀ ਉਹਨੂੰ ਨਹੀਂ ਬਣਾਉਣੀ ਆਉਂਦੀ, ਕੀ ਕਰਾਉਣਾ ਕੀ ਆ ਫਿਰ ਇਹ ਤੋਂ ਪਰ ਹਕੇ? ਉਹ ਜਦੋਂ ਮੈਂ ਤੈਨੂੰ ਕਹੀ ਜਾਂਦੀ ਹਾਂ ਭਾਈ, ਹੌਲੀ ਹੌਲੀ ਹਿਸਾਬ ਆਉਂਦਾ ਹੁੰਦਾ ਬਗਾਨੇ ਘਰ ਦਾ, ਹਜੇ ਮਹੀਨਾ ਤਾਂ ਹੋਇਆ ਉਹਨੂੰ ਆਈ ਨੂੰ, ਜਦੋਂ ਉਹਨੂੰ ਪਤਾ ਲੱਗ ਗਿਆ ਵੀ ਇਹੋ ਜਿਹਾ ਖਾਣਾ ਪੀਣਾ ਖਾਂਦੇ ਇਹੋ ਜਿਹਾ ਅਸੀਂ ਬਣਾਉਂਦੇ ਹਾਂ, ਆਪੇ ਫਰਕ ਪੈ ਜੂ, ਆਪੇ ਉਹੋ ਜਿਹਾ ਬਣਾਉਣ ਲੱਗ ਜੂ। ਲੋਕਾਂ ਦੀਆਂ ਤਾਂ ਫਿਰ ਬਹੂਆਂ ਨਹੀਂ ਹੈਗੀਆਂ, ਉਹਨਾਂ ਦੀਆਂ ਨੂੰਹਾਂ ਨਹੀਂ ਹੈਗੀਆਂ, ਉਹ ਤਾਂ ਕੰਮ ਕਰਦੀਆਂ ਨਹੀਂ ਆ ਸਾਰੀਆਂ, ਮੈਂ ਤਾਂ ਕੋਈ ਦੇਖਿਆ ਨਹੀਂ ਇਹਦੇ ਨੂੰ ਕਰਦੀ ਨੂੰ। ਲੋਕ ਵੀ ਤੇਰੇ ਵਾਂਗੂ ਤਾਂ ਜੁਪਾ ਪਾ ਨਹੀਂ ਸੁਣਾਉਂਦੇ ਸਾਰੇ ਪਿੰਡ 'ਚ। ਚੰਗਾ ਹੈਗੀ ਹਾਂ ਐਵੇਂ ਇਹਦੀ ਗੱਲ ਦਾ ਨਾ ਅਨੁਸਾਰ ਸਿੰਘ ਮਿੱਟੀ ਚੱਕਣ, ਤੂੰ ਰਾਮਦਾਰੀ ਨਾ ਰਾਮਦਾਰੀ ਦਾ ਪਾਣੀ ਮੰਗ, ਤੂੰ ਬੈਠ ਰਾਮ ਕਾਰ ਕੋ ਗੱਲਬਾਤ ਕਰ, ਕੋਈ ਸ਼ਾਂਤੀ 'ਚ ਰੱਖ ਚਿੱਤ, ਉਹ ਜਵਾਕ ਨਹੀਂ ਸਾਰਾ ਦਿਨ ਡਰਦੀ ਰਹਿੰਦੀ ਹੈ। ਬਸ ਫਿਰ ਜਾ ਕੇ ਹੁਣ ਤੂੰ ਕਹਿ ਦੇ ਕੋਈ ਨਾ ਪੁੱਤ ਸ਼ਾਬਾਸ਼ ਉੱਤੇ ਤੇ ਪਾਣੀ ਡੋਲ ਦਾ, ਕੱਲ ਨੂੰ ਚਾਹ ਡੋਲ ਦੀ, ਆਏ ਕਹਿ ਦੇ ਉਹਨੂੰ। ਕਹਿ ਦੇ ਨਾਲੇ ਨਾ ਕਹਿ ਦੇ, ਤੂੰ ਵੀ ਬਾਲੀਆਂ ਸੁਣਦਾ ਮੇਰੀਆਂ, ਫਿਰ ਉਹ ਸੁਣੂਗੀ। ਠਿੱਠ ਕਹਿਣ ਤੇ ਲੱਕ ਬੰਨ ਲਿਆ ਸਮਾਂ, ਭੋਰਾ ਸੂ ਨਹੀਂ ਬੋਲਣ ਦੀ, ਲੱਗ ਜਾਂਦਾ ਆਉਣ ਸਾਰ ਲੱਗ ਨਹੀਂ ਜਾਂਦਾ। ਆ ਕੱਦੂ ਜਾਂ ਚੀਰੀ ਦਾ ਜਾਂਦੀ ਹੈ, ਆ ਫਿਰ ਨਹੀਂ ਪਤਾ ਮੁੰਡਾ ਜਾਂ ਫਿਰ ਲੱਗ ਜੇ ਕਲੇਸ ਕਰਨ। ਹੁਣ ਕੋਈ ਹੋਰ ਸਬਜ਼ੀ ਵੀ ਹੈ ਨਹੀਂ, ਨਹੀਂ ਹੋਰ ਬਣਾ ਦਈਏ ਨਾ, ਹੁਣ ਸਿੱਟੇ ਜਾਂਦੇ ਆ ਵੀ ਮਹਿੰਗੇ ਭਾਅ ਦੇ ਹੋਏ ਪਏ ਹੈ। ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਠੀਕ ਹੋ? ਹਾਂ ਵਧੀਆ, ਤੁਸੀਂ ਦੱਸੋ ਕਿਵੇਂ ਹੋ? ਠੀਕ ਹੈ ਠੀਕ ਹੈ ਵਧੀਆ। ਬੈਠੋ ਮਨਿੰਦਰ, ਬੈਠੋ ਬੈਠੋ ਭੈਣ ਜੀ। ਮਨਿੰਦਰ ਆ ਦੇਖ ਕੇ ਆਉਣਾ ਆ ਪੁੱਤ, ਨਾਲੇ ਪਾਣੀ ਦਾ ਗਲਾਸ ਲਿਆ। ਹੋਰ ਭੈਣ ਜੀ ਸਾਰੇ ਠੀਕ ਹੈ? ਹਾਂ ਵਧੀਆ, ਤੁਸੀਂ ਦੱਸੋ ਆਪਣਾ? ਠੀਕ ਹੈ ਵਧੀਆ। ਤੇ ਤੁਸੀਂ ਫੋਨ ਕਰ ਦਿੰਦੇ ਸੀ ਲੈ ਆਉਂਦੇ ਜਾ ਕੇ ਅੱਡੇ ਤੋਂ? ਬਸ ਮੈਂ ਉਹੀ ਨਹੀਂ ਕੀਤਾ ਫੋਨ, ਮੈਂ ਚੱਲ ਮੈਂ ਤੁਰੀ ਜਾਂਦੀ ਹੈਗੀ, ਗਰਮੀ ਵਾਲੀ ਹੈ ਨਾ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੈ? ਹਾਂ ਵਧੀਆ ਵਧੀਆ। ਲੈ ਤੂੰ ਐਂ ਕਰ, ਆ ਸਬਜ਼ੀ ਤਾਂ ਮੈਂ ਫੇਰ ਕੱਟ ਲੂੰ, ਚੱਲ ਤੂੰ ਬੈਠ ਆਪਦੀ ਮਾਂ ਨਾਲ ਗੱਲਾਂ ਬਾਤਾਂ ਕਰ ਤੇ ਮੈਂ ਚਾਹ ਪਾਣੀ ਕਰਦੀ ਹਾਂ। ਕੋਈ ਗੱਲ ਨਹੀਂ ਮੰਮੀ, ਮੈਂ ਬਣਾ ਲਿਆ। ਕੋਈ ਨਹੀਂ ਮੈਂ ਬਣਾ ਦਿੰਦੀ ਹਾਂ, ਫੇਰ ਕੀ ਹੋਇਆ, ਮਸਾਂ ਤੇਰੀ ਮਾਂ ਆਈ ਹੈ, ਕਰੋ ਗੱਲਾਂ ਬਾਤਾਂ। ਹੋਰ ਠੀਕ ਹੈ? ਹਾਂ ਠੀਕ ਹੈ। ਘਰੇ ਠੀਕ ਸੀ ਸਾਰੇ? ਹਾਂ ਸਾਰੇ ਠੀਕ ਸੀ ਪੁੱਤ, ਤੂੰ ਦੱਸ ਕਿਵੇਂ ਆ? ਮੈਂ ਠੀਕ ਹੈ ਵਧੀਆ। ਮਨਿੰਦਰ ਮੈਂ ਨਾ ਥੋੜਾ ਕੰਮ ਚੱਲਿਆ ਤੇ ਆਥਣ ਦਾ ਕੰਮ ਹੋ ਜਾਗਾ। ਤੇ ਚਾਹ ਪੀ ਜਾਂਦਾ ਪੁੱਤ, ਕੁੱਟ ਚਾਹ ਕਰਦੀ ਸੀ ਮੈਂ। ਚਾਹ ਨਹੀਂ ਪੀਣੀ ਮਾਂ, ਬਾ ਪਿੱਛੋਂ ਆਵਾਜ਼ ਮਾਰਿਆ ਕਰੋ, ਬਾ ਕੰਮ ਜਾਣਾ ਕੀ ਪਤਾ ਹੁਣ ਬਣੇ ਨਾ ਬਣੇ। ਬਸ ਤੂੰ ਤਾਂ ਬਾਹਲੇ ਬਹਿਮ ਕਰਦਾ ਭਾਈ। ਤੁਸੀਂ ਕਿੱਧਰ ਜਾ ਰਹੇ ਹੋ? ਹੁਣ ਤਾਂ ਮੰਮੀ ਆਈ ਹੈ, ਤੁਸੀਂ ਬਹਿ ਕੇ ਦੋ ਗੱਲਾਂ ਕਰ ਲੈਂਦੇ, ਕੰਮ ਤਾਂ ਫੇਰ ਵੀ ਜਾ ਵੜੋਗੇ। ਮਨਿੰਦਰ ਤੈਨੂੰ ਇੱਕ ਵਾਰੀ ਕਿਹਾ ਸਮਝ ਨਹੀਂ ਲੱਗਦੀ, ਜਦੋਂ ਮੈਂ ਤੈਨੂੰ ਕਿਹਾ ਕੰਮ ਮੰਮੀ ਨੂੰ ਕੰਮ ਤੋਂ ਨਾ ਰੋਕਿਆ ਕਰੋ, ਮੰਮੀ ਜੀ ਸਮਝਾਇਆ ਕਰੋ ਨਾ ਇਹਨੂੰ, ਐਵੇਂ ਹਰੇਕ ਵਾਰੀ ਪਿੱਛੋਂ ਆਵਾਜ਼ ਮਾਰ ਦਿੰਦੀ। ਹੋਰ ਦੱਸ ਮੰਮੀ, ਘਰੇ ਸਾਰੇ ਠੀਕ ਨੇ? ਹਾਂ ਪੁੱਤ ਸਾਰੇ ਵਧੀਆ ਨੇ, ਤੂੰ ਦੱਸ ਕਿਵੇਂ? ਵਧੀਆ ਮੰਮੀ, ਨਾਲ ਤੁਸੀਂ ਦੱਸੇ ਨਹੀਂ ਮੈਨੂੰ ਅੱਜ ਆਉਣਾ ਹੈਗਾ। ਮੈਂ ਜੀ ਜੀ ਆ ਕਰਿਆ ਮੇਰਾ ਆਉਣ ਨੂੰ, ਮੈਂ ਚੱਲ ਮੈਂ ਜਾ ਕੇ ਮਿਲ ਕੇ ਆਉਣੀ ਹਾਂ। ਆ ਤਾਂ ਬਾਹਲਾ ਵਧੀਆ ਕੀਤਾ ਮੰਮੀ, ਮੇਰਾ ਤਾਂ ਆਪ ਜੀ ਜਾਣ ਲੱਗ ਰਿਹਾ ਸੀ, ਮੈਨੂੰ ਤਾਂ ਆਪ ਐਂ ਸੀਗਾ ਵੀ ਮੰਮੀ ਉਹਨੂੰ ਮਿਲ ਕੇ ਆਵਾਂ। ਚੱਲ ਵਧੀਆ ਹੋ ਗਿਆ, ਤੁਸੀਂ ਆਪ ਹੀ ਆ ਗਏ। ਹੋਰ ਅਤੇ ਤੂੰ ਮੈਨੂੰ ਐਂ ਦੱਸ ਵੀ ਤੇਰਾ ਜੀ ਲੱਗਿਆ? ਹਾਂ ਹਾਂ ਮੰਮੀ, ਮੰਮੀ ਦਾ ਸੁਭਾਅ ਵੀ ਬਹੁਤ ਵਧੀਆ ਅਤੇ ਇਹਨਾਂ ਦਾ ਵੀ। ਇਹਨਾਂ ਦਾ ਤਾਂ ਪੁੱਤ ਮੈਂ ਦੇਖ ਲਿਆ, ਮੈਨੂੰ ਲੱਗਦਾ ਆਕਾਸ਼ ਦਾ ਸੁਭਾਅ ਕੁਛ ਰੁੱਖਾ ਜਾਗਾ। ਨਹੀਂ ਨਹੀਂ ਮੰਮੀ, ਤੁਹਾਨੂੰ ਉਹੀ ਲੱਗਿਆ, ਅਜੇ ਤਾਂ ਕੋਈ ਗੱਲ ਨਹੀਂ ਹੈਗੀ। ਮੈਨੂੰ ਕੀ ਸਮਝਾਉਣੀ ਆ ਪੁੱਤ, ਮੈਂ ਤੇਰੀ ਮਾਂ ਆ ਗਈ ਹੈ, ਤੂੰ ਆਪਦਾ ਚਿਹਰਾ ਵੇਖ, ਤੇਰਾ ਚਿਹਰਾ ਕਿਵੇਂ ਉਤਰਿਆ ਪਿਆ ਗਾ, ਕੀ ਗੱਲ ਆ, ਤੈਨੂੰ ਕੁਛ ਕਹਿੰਦਾ ਇਹ? ਮੰਮੀ ਊਂ ਤਾਂ ਨਹੀਂ ਕੁਛ ਕਹਿੰਦੀ, ਪਰ ਪਤਾ ਨਹੀਂ ਕਿਉਂ ਬਾਹਲਾ ਰੁੱਖਾ ਬੋਲਦੇ, ਹਰ ਇੱਕ ਗੱਲ 'ਤੇ ਭੱਜ ਕੇ ਪੈ ਜਾਂਦੇ ਆ, ਪਿਆਰ ਨਾਲ ਤਾਂ ਬੋਲਦੇ ਨਹੀਂ ਹੈਗੇ। ਜੇ ਕੁਛ ਕਹਿਣੀ ਆ ਤਾਂ ਵੀ, ਹੁਣ ਤੁਹਾਡੇ ਸਾਹਮਣੇ ਵੀ ਇੰਨਾ ਹੀ ਕਿਹਾ ਸੀਗਾ ਵੀ ਚੱਲ ਤੁਸੀਂ ਬਹਿ ਜਾਓ, ਮੰਮੀ ਆਇਆ ਤਾਂ ਵੀ ਭੱਜ ਕੇ ਪੈ ਗਏ, ਐਂ ਕਰਦੇ ਨੇ ਮੰਮੀ। ਚੱਲ ਕੋਈ ਨਹੀਂ ਪੁੱਤ, ਹੌਲੀ ਹੌਲੀ ਠੀਕ ਹੋ ਜੂ, ਤੂੰ ਗੁੱਸਾ ਨਾ ਕਰਿਆ ਕਰ, ਮੈਂ ਤੈਨੂੰ ਇੱਕ ਗੱਲ ਦੱਸਦੀ ਹਾਂ। ਹਾਂ ਮੰਮੀ, ਗੱਲ ਕਰ। ਹਾਂ ਤਾਂ ਬਾਹਲਾ ਵਧੀਆ ਮੰਮੀ, ਮੈਂ ਕਰਕੇ ਦੇਖੂੰਗੀ। ਹੁਣ ਤੂੰ ਇਹ ਸਕੀਮ ਕਰ, ਤੂੰ ਦੇਖੀ ਜਾਈ ਕਿਵੇਂ ਤੇਰੇ ਇਹ ਪਿੱਛੇ ਪਿੱਛੇ ਫਿਰਦਾ ਗਾ, ਨਾਲੇ ਪੁੱਤ ਪਿਆਰ ਨਾਲ ਰਹੀਦਾ ਹੁੰਦਾ ਗਾ, ਜੇ ਤੈਨੂੰ ਕੁਛ ਬੋਲ ਵੀ ਦਿੰਦਾ, ਚਾਰ ਗੱਲਾਂ ਕਹਿ ਦਿੰਦਾ, ਤੂੰ ਚੁੱਪ ਕਰ ਦਿਆ ਕਰ। ਨਹੀਂ ਮੰਮੀ, ਮੈਂ ਤਾਂ ਬੋਲਦੀ ਨਹੀਂ, ਜੇ ਮੈਨੂੰ ਕੁਛ ਕਹਿੰਦੇ ਨਾ ਮੈਂ ਤਾਂ ਚੁੱਪ ਰਹਿ ਜਾਂਦੀ ਹਾਂ, ਮੈਨੂੰ ਤਾਂ ਆਇਆ ਵੀ ਕਿਉਂ ਕਲੇਸ਼ ਪਾਉਣਾ ਚੱਲ ਘਰੇ, ਪਰ ਤੁਹਾਡੇ ਵਾਲੀ ਸਕੀਮ ਹੁਣ ਵਰਤ ਕੇ ਦੇਖੂੰਗੀ ਮੈਂ। ਤੂੰ ਨਾਲੇ ਤਾਂ ਇਹ ਸਕੀਮ ਵਰਤ ਕੇ ਦੇਖੀ, ਨਾਲੇ ਤੂੰ ਮੈਨੂੰ ਐਂ ਦੱਸ ਤੇਰੀ ਸੱਸ ਤਾਂ ਤੇਰੇ ਨਾਲ ਵਧੀਆ ਰਹਿੰਦੀ ਆ? ਨਾ ਨਾ, ਮੰਮੀ ਦਾ ਸੁਭਾਅ ਤਾਂ ਬਹੁਤ ਵਧੀਆ, ਮੇਰੇ ਪਿੱਛੇ ਬਹੁਤ ਲੜਦੇ ਆ ਇਹਨਾਂ ਨੂੰ। ਬਸ
आलू चाह बनाई है थोड़े आस्ते। पी के दस्यो किवें दी बनी है। कोई नहीं पी लूंगा, इत्थे रख दे। नहीं तुसी उठो ते पहले चाह पियो। की गल है, अजे बाली खोज जी लगदी है। हां बहुत खुश अज मैं, पर तुसी चाह पियो। पी ले ना, कोई गल नहीं रख दे। चाह तां पी लूंगा, पहला गल दस गल की है। इन्नी खुश जी कदों? मैं कड़ा किते भज्जी जानी हां, थोड़े कोल ही बैठी हां। कोई ना गल भी दस दूंगी, पहले चाह पी के दसो भी किवें दी बनी है। ओ पी लेना यार चाह। ना की गल, इन्नी कौड़ी चाह बनाई है, हैं? तेनू चाह भी नहीं बनानी आउंदी? आहा चाह पिउण आई सी मैनू। क्यों कौड़ी लगी चाह? ओ कौड़ी है, हे जहर तां बना रखी है, नाले दंद कढ़ी जानी है। ओ की दंद कढ़ी जानी है, दसेंगी भी? आ जहर मेरे मत्थे मारिया, आहा पिउण लई सी। ओ चौणी की है तू, दंद कदों कढ़ी जानी है? मेरी गल सुनो, चाह तां दुबारे भी मिठा पै जू, इह तां दुबारे भी मिठी बन जूगी, पर जे रिश्तिआं च इक वारी कड़त्तन आ गई ना, ओह नहीं दुबारे सही होणे। की मतलब तेरा? सारा दिन थोड़ी कौड़ियां गल्लां सहारदियां, जिहड़ा तुसीं बिना गल्लों मेरे नाल लड़दे रहिंदे हो। मैं कदे तुहानूं कुछ वी कहा, चुप करके सुणदी रहिंदी हां। किन्ना गुस्से नाल बोलदे हो, इन्नियां कौड़ियां गल्लां करदे हो, तां पानी दे घुट वांगू पी जांदी हां। मैं कदे तुहानूं कुछ कहा? कोई ना, होर बना के लिया के दिंदी हां चाह।